ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਤੁਹਾਡੀ ਆਪਣੀ ਸ਼ਹਿਨਾਜ਼, ਤੇ ਤੁਹਾਨੂੰ ਮੈਂ ਸਵਨੀਤ ਕਾਲੋ ਦਿਖਾਨੀ ਆ ਕੀ ਕਰਦੇ ਪਏ ਆ। ਠੀਕ ਆ ਮੈਡਮ ਜੀ, ਕੀ ਕਰਨੇ ਹੋ? ਸਤਿ ਸ਼੍ਰੀ ਅਕਾਲ ਜੀ, ਮੈਂ ਕਾਲੋ ਸਵਨੀਤ ਤੇ ਮੈਂ ਸਮੋਸੇ ਖਾ ਰਹੀ ਆ। ਹਾਂ, ਕਿਹੜਾ ਟਾਈਮ ਹੈ ਸਮੋਸੇ ਖਾਣ ਦਾ? ਫੁਲਕੇ ਬਣਵਾ ਰਹੀ ਸੀ ਨਾ ਬਾਹਰੋਂ, ਘਰ ਥੱਕ ਗਈ ਆ ਛੂਟ ਤੇ ਘਰ ਜਾ ਕੇ ਬਣਾ ਨਹੀਂ ਸਕਦੀ, ਬਾਹਰੋਂ ਬਣਵਾ ਰਹੀ ਸੀ ਤੇ ਵਿਹਲੀ ਬੈਠੀ, ਟਾਈਮ ਨਹੀਂ ਪਾਸ ਹੁੰਦਾ ਪਿਆ, ਮੈਂ ਕਿਹਾ ਉਨੀ ਦੇਰ ਸਮੋਸੇ ਖਾ ਲਾ। ਤੁਹਾਨੂੰ ਮੈਂ ਗੱਲ ਦੱਸਾਂ, ਭੂਆ ਜਿਮ ਵੀ ਜਾਂਦੇ ਆ ਪਰ ਤਾਂ ਵੀ ਕੁਛ ਨਾ, ਜਿੱਥੇ ਵੀ ਜਾਈਏ ਯਾਰ ਕੁਛ ਖਾ ਲਈਏ, ਕੁਛ ਖਾ ਲਈਏ, ਭੁੱਖ ਲੱਗੀ ਆ ਕੁਛ ਖਾ ਲਈਏ। ਚੱਲ ਕੋਈ ਨਹੀਂ, ਨਾਲ ਨਾਲ ਮੈਂ ਵਰਕਆਊਟ ਕਰਦੀ ਹਾਂ, ਮੈਂ ਜੇ ਪਤਲੀ ਨਹੀਂ ਹੋਵਾਂਗੀ ਤਾਂ ਮੋਟੀ ਵੀ ਨਹੀਂ ਹੋਵਾਂਗੀ। ਕੱਲ੍ਹ ਸੱਚ ਮੈਂ ਕੱਲ੍ਹ ਤੋਂ ਜਿਮ ਜਾਣਾ, ਪਤਲੀ ਹੋਣਾ ਮੈਂ ਚੰਗੀ ਤਰ੍ਹਾਂ ਹੁਣ ਸ਼ਨੀਵਾਰ ਤੱਕ। ਇੱਥੇ ਆਪਾਂ ਕਰਦੇ ਹਾਂ ਆਪਣਾ ਲੈਕਚਰ ਬੰਦ, ਅਤੇ ਹੁਣ ਕੱਲ੍ਹ ਵੇਖਦੇ ਹਾਂ ਕੀ ਕਰਦੇ ਹਾਂ, ਜਿਮ ਜਾਂਦੇ ਹਾਂ ਜਾਂ ਫਿਰ ਇੱਦਾਂ ਹੀ ਸਮਾਨ ਖਾਂਦੇ ਹਾਂ। ਉਹ ਨਹੀਂ ਨਹੀਂ ਸੱਚ ਮੈਂ ਪਤਲੀ ਹੋਣੀ ਸ਼ਨੀਵਾਰ ਤੱਕ, ਮੈਂ ਉਹ ਕਰਨਾ ਹੀ। ਕਿਹੜਾ ਕਿਹੜਾ ਗਾਣਾ ਆਉਣਾ ਸੀ ਨੀਟੂ ਭਾਜੀ ਦਾ? ਅਮਲੀ ਐਂਥਮ, ਅਮਲੀ ਐਂਥਮ ਕਰਨਾ ਮੈਂ ਨੀਟੂ ਭਾਜੀ ਨਾਲ। 18 ਇੰਚ ਮੈਂ ਬੜੀ ਮੋਟੀ ਲੱਗਦੀ ਪਈ ਤੇ ਸਾਰੇ ਪਿੱਛੇ ਹੱਸਦੇ ਪਏ ਸੀ, ਜਿਹੜੇ ਸ਼ੂਟ ਕਰਦੇ ਪਏ ਸੀ ਉਹ ਪਿੱਛੇ ਪਿੱਛੇ ਸਾਰੇ ਉੱਚੀ ਉੱਚੀ ਹੱਸਦੇ ਪਏ ਸੀ। ਤੇ ਹੁਣ ਮੈਂ ਕੱਲ੍ਹ ਜਿਮ ਜਾਣਾ, 1.5-2 ਘੰਟੇ ਜਿਮ ਲਾਉਣੀ ਹੈ, ਫਿਰ ਮੈਂ ਸ਼ਨੀਵਾਰ ਤੱਕ ਐਨ ਪਤਲੀ ਹੋ ਜਾਣਾ ਵਧੀਆ ਸਲਿਮ। ਫਿਰ ਆਪਾਂ ਗਾਣਾ ਕਰਾਂਗੇ 1 ਜੂਨ ਨੂੰ, ਗਾਣਾ ਆਏਗਾ ਅਮਲੀ ਐਂਥਮ ਨੀਟੂ ਭਾਜੀ ਦੇ ਨਾਲ। ਓਕੇ ਬਾਏ।